ਜਿਨ੍ਹਾਂ ਨੂੰ ਕੋਈ ਸਵਾਲ ਛੁੱਕਣ ਦਾ ਹੱਕ ਹੀ ਨਹੀਂ ਦਿੱਤਾ ਲੋਕਾਂ ਨੇ ਉਹ ਕਹਿੰਦੇ ਜੀ ਇਹ ਜਿਹੜੀ ਡਿਸਪੈਂਸਰੀ ਹੈ ਇਹ ਬਾਲਸਾਹ ਨੇ ਬਣਾਈ ਸੀ ਇਹਦੇ 'ਚ ਕਿਉਂ ਖੋਲਤਾ ਮੈਂ ਲੱਕਰੀ ਨਿਕ ਕੀ ਗੱਲ ਉਹਦੀ ਉਹਦੀ ਰਿਸਟਰੀ ਬਾਲਸਾਹ ਦੇ ਨਾਂ ਤੇ ਹੈਗੀ ਤਾਂ ਪਬਲਿਕ ਪ੍ਰੋਪਰਟੀ ਹੈ ਨਾ ਜੇ ਉਹਦੇ 'ਚ ਪਾਥੀਆਂ ਪੱਥੀਆਂ ਪਈਆਂ ਨੇ ਉਹਦੇ 'ਚ ਸਾਰੇ ਪਿੰਡ ਦੇ ਆਵਾਰਾ ਪਸ਼ੂ ਉੱਥੇ ਰਹਿੰਦੇ ਨੇ ਤੋ ਖੰਡਰ ਬਣ ਗਏ ਜੇ ਅਸੀਂ ਉਹਨੂੰ ਦੋ ਕਮਰੇ ਹੋਰ ਪਾ ਕੇ ਚਲਾ ਕੇ ਉਥੇ ਐਮਬੀਬੀਐਸ ਡਾਕਟਰ ਬਿਠਾਤਾ ਫਾਰਮਸਿਸਟ ਬਿਠਾਤਾ ਨਰਸਸ ਬਿਠਾਤੀਆਂ ਗੋਲੀਆਂ ਦਵਾਈਆਂ ਧਰਤੀਆਂ ਚਲਾਤਾ ਤਾਂ ਕੋਈ ਮੜਾ ਕੰਮ ਕਰਤੀ ਐਂ ਤਾਂ ਫਿਰ ਕੱਲ ਨੂੰ ਅੰਗਰੇਜ਼ ਕਹਿਣਗੇ ਰੇਲ ਗੱਡੀਆਂ ਦੀ ਲਾਈਨਾਂ ਸਾਰੀਆਂ ਅਸੀਂ ਬਚਾਈਆਂ ਸੀ ਤੁਸੀਂ ਇਹਦੇ ਰੇਲ ਨਹੀਂ ਚਲਾ ਸਕਦੇ ਰਾਸ਼ਟਰਪਤੀ ਭਵਨ ਅਸੀਂ ਬਣਾਇਆ ਸੀ ਤੁਸੀਂ ਇਹ ਜਿ ਬੈਠ ਨਹੀਂ ਸਕਦੇ ਪਾਰਲੀਮੈਂਟ ਸਾਡੀ ਬਣਾਈ ਹੋਈ ਹੈ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ ਕੀ ਗੱਲ ਜੀ ਤੁਸੀਂ ਠੇਕਾ ਲੈ ਲਿਆ ਤੁਸੀਂ ਆਪ ਬਣਾਇਆ ਆਪਦੇ ਪੈਸੇ ਨਾਲ ਜਿਸ ਵੇਲੇ 10 ਸਾਲ 15 ਸਾਲ ਪਹਿਲਾਂ ਬਣੀ ਸੀ ਉਦੋਂ ਵੀ ਪੈਸਾ ਲੋਕਾਂ ਦੇ ਲੱਗਿਆ ਸੀ ਉਹ ਖੰਡਰ ਬਣੇ ਪਏ ਨੇ ਉਹ ਜੋ ਨਾ ਖੰਡਰਾਂ ਨੂੰ ਅਸੀਂ ਫੰਕਸ਼ਨਲ ਕਰ ਰਹੇ ਆ ਤਾਂ ਇਹਦਾ ਮਤਲਬ ਲੋਕਾਂ ਨੂੰ ਸਹੂਲਤ ਹੀ ਮਿਲ ਰਹੀ ਹੈ ਜੇ ਤਾਂ ਹੋਵੇ ਨਾ ਕਿ ਉੱਥੇ ਪਹਿਲਾਂ 200 ਬੰਦਾ ਜਾਂਦਾ ਸੀ ਹੁਣ ਇਹਨਾਂ ਨੇ ਮਹਿਲਾ ਕੋਈ ਖੋਲਤਾ ਹੁਣ 100 ਬੰਦਾ ਜਾਣ ਲੱਗਿਆ ਨਾ ਕਿੱਥੇ ਦੱਸੋ ਦਿਖਾਓ ਮੈਨੂੰ ਕਿਹੜੀ ਪਿੰਡ ਦੀ ਸਪੈਂਸਰੀ ਚੱਲਦੀ ਹੈ ਕਿਦੋਂ ਦਵਾਈ ਮਿਲਦੀ ਹੈ ਤੁਸੀਂ ਕਹਿੰਦੇ ਬਣਾਈਆਂ ਪੀਡਬਲਡੀਆਂ ਹੋਈਆਂ ਨੇ ਉਹ ਅਸੀਂ ਉਹਨਾਂ ਬਿਲਡਿੰਗਾਂ ਨੂੰ ਇਹ ਜਿਹੜੀਆਂ ਪੁਰਾਣੀਆਂ ਸਰਕਾਰਾਂ ਕਹਿੰਦੀਆਂ ਸੀ ਬਣਾਈਆਂ ਨੇ ਉਹ ਜਦੋਂ ਚਲਦੀਆਂ ਹੀ ਨਹੀਂ ਕਿ ਜਿਨੇ ਮਰਜ਼ੀ ਬਣਾਈਆਂ ਨੇ ਜਦੋਂ ਚਲਦੀਆਂ ਹੀ ਨਹੀਂ ਉਹ ਤੇ ਫਿਰ ਉਹ ਪਾਣੀ ਵਾਲੀ ਬੱਸ ਕਿੱਥੇ ਆ ਉਹ ਵੀ ਇਹਨਾਂ ਨੇ ਬਣਾਈ ਸੀ ਪਾਣੀ ਤਾਂ ਹੈਗਾ ਉੱਥੇ ਬੱਸ ਕਿੱਥੇ ਆ ਸੋ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਮਾੜੀ ਗੱਲ ਹੈ ਪਰ ਕਿਉਂਕਿ ਹਰ ਇੱਕ ਗੱਲ ਤੇ ਰੋਜ਼ ਜਵਾਬ ਦੇਣਾ ਹੁੰਦਾ ਜੋ ਮਰਜੀ ਕੰਮ ਵਧੀਆ ਕਰ ਲੋਗਾ ਨਾ ਐ ਕਿਉਂ ਨਹੀਂ ਕੀਤਾ ਐ ਥੋੜੀ ਹੁੰਦਾ ਐ ਕਿਉਂ ਨਹੀਂ ਹੁੰਦਾ ਅਸੀਂ ਤਾਂ ਜੀ ਲੋਕਾਂ ਦੇ ਚੁਣੇ ਹੋਏ ਆ ਸਾਨੂੰ ਤਾਂ ਲੋਕਾਂ ਲਈ ਕੰਮ ਕਰਨਾ ਆਉਂਦਾ ਸਾਨੂੰ ਸਕੂਲ ਬਣਾਉਣੇ ਆਉਂਦੇ ਨੇ ਦਿੱਲੀ ਚ ਅਸੀਂ ਕੰਮਜਾਬ ਤਰੀਕੇ ਨਾਲ ਬਣਾਏ ਨੇ ਸਾਨੂੰ ਹਸਪਤਾਲ ਬਣਾਉਣੇ ਆਉਂਦੇ ਨੇ ਸਾਨੂੰ ਬਿਜਲੀ ਮੁਫਤ ਕਰਨੀ ਆਉਂਦੀ ਹੈ ਸਾਨੂੰ ਇਨਫਰਾਸਟ੍ਰਕਚਰ ਬਣਾਉਣਾ ਆਉਂਦਾ ਸਾਨੂੰ ਲੋਕਾਂ ਨੂੰ ਰੋਜ਼ਗਾਰ ਦੇਣਾ ਆਉਂਦਾ ਅਹੀ ਨੌکریاں 26 ਜਰ ਪਹਿਲਾਂ ਕਿਉਂ ਦਿੱਤੀਆਂ ਇਹਨਾਂ ਨੇ ਇਹ ਪਹਿਲਾਂ ਸਿਰਫ ਅਨਾਉਂਸ ਕਰਦੇ ਸੀ ਆਖਰੀ 6 ਮਹੀਨਿਆਂ 'ਚ ਇਹਨਾਂ ਨੂੰ ਕੋਈ ਰਿੱਟ ਪੈ ਜਾਂਦੀ ਸੀ ਜਾਂ ਇਲੈਕਸ਼ਨ ਕੋਰ ਲੱਗ ਜਾਂਦਾ ਸੀ ਰਹਿ ਜਾਂਦੇ ਸੀ ਸਾਰੇ ਅਸੀਂ ਇਹ ਕੰਮ ਕਰ ਰਹੇ ਹਾਂ ਪਹਿਲੇ 6 ਮਹੀਨਿਆਂ 'ਚ ਪਹਿਲੇ 10 ਮਹੀਨੇ ਹੋਏ ਨੇ ਅਜੇ 10 ਮਹੀਨੇ ਹੋਏ ਨੇ ਅਸੀਂ ਪਹਿਲਾਂ ਕਿ ਕੱਢੋ ਯਾਰ ਨੌکریاں ਕੱਢੋ ਲੋਕਾਂ ਨੂੰ ਕੰਮ ਤੇ ਲਾਈਏ ਕਿਉਂ ਸਾਡੇ ਤੀਆਂ ਪੁੱਤ ਜਾ ਕੇ ਬਾਹਰਲੇ ਮੁਲਕਾਂ 'ਚ ੱਟਕੇ ਖਾਣ ਇੱਥੇ ਡਿਗਰੀ ਮੁਤਾਬਕ ਕੰਮ ਮਿਲ ਜੇ ਵਤਨਾ ਵਰਗੀ ਰੀਸ ਥੋੜੀ ਹੁੰਦੀ ਹੈ ਕੋਈ ਨਾਲੇ ਪੰਜਾਬ ਦੇਸ਼ ਵਰਗੀ ਧਰਤੀ ਉਪਜਾਊ ਕੌਮ ਮਿਹਨਤੀ ਹਰ ਕਿਸਮ ਦਾ ਮੌਸਮ ਤੇ ਇੱਥੇ ਪਲੇ ਆ ਬਾਹਰ ਚਲੇ ਜਾਂਦੇ ਆ ਪਰ ਸਰੀਰ ਚਲੇ ਜਾਂਦਾ ਮਨ ਇੱਥੇ ਰਹਿ ਜਾਂਦਾ ਫਿਰ ਵੀ ਦੀਵਾਲੀਆਂ ਦਸਹਰੇ ਲੋੜੀਆਂ ਮਨਾਉਣ ਤਾਂ ਇੱਥੇ ਆਉਨੇ ਆ ਸੋ ਇਸ ਕਰਕੇ ਮੈਂ ਉਹਨਾਂ ਦੇ ਕੋਈ ਪਰਵਾਹ ਨਹੀਂ ਕਰਦਾ ਉਹ ਜੋ ਮਰਜ਼ੀ ਕਹੀ ਜਾਣ ਮੈਂ ਨੂੰ ਜਿਹੜਾ ਤੁਸੀਂ ਮੌਕਾ ਦਿੱਤਾ ਜਿਹੜਾ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਉਹ ਤੇ ਮਾਣ ਜਿਨਾਂ ਜਰ ਤੁਹਾਡਾ ਵਿਸ਼ਵਾਸ ਮੇਰੇ ਨਾਲ ਹੈ ਦੁਨੀਆ ਦੀ ਕੋਈ ਤਾਕਤ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦੀ ਅਸੀਂ ਕਰਦੇ ਰਹਿਾਂਗੇ ਤੇ ਨਾਲ ਨਾਲ ਪ੍ਰਾਣਾ ਸਾਹਿਬ ਵੀ ਲੈਣਦੇ ਰਹਿਾਂਗੇ ਨਤੋਂ ਉਹ ਤਾਂ ਲੈ ਰਹੇ ਹਰ ਰੋਜ਼ ਲੈ ਰਹੇ ਸਾਹਿਬ ਇਹ ਤਾਂ ਉਹਨਾਂ ਨੇ ਜਿੰਨੇ ਯਾਦ ਕਰਾਤਾ ਉਹ ਡਿਸਪੈਂਸਰੀ ਦਾ ਵੀ ਸਾਹਿਬ ਲੈਣਾ ਕਿੰਨੇ ਨੇ ਬਣਾਈਏ ਸੀ ਉਦੋਂ ਹਾਂ ਫਿਰ ਉਹ ਐਨੇ 10 ਸਾਲਾਂ ਚ ਕਿਵੇਂ ਇੰਨਾ ਟਾਈਟਰੀ ਹੋ ਗਈਆਂ ਉਹ